ਇਹ ਤਸਵੀਰਾਂ ਬਟਾਲਾ ਦੇ ਨਗਰ ਨਿਗਮ ਤੋਂ ਸਾਹਮਣੇ ਆਈਆਂ ਨੇ ਜਿੱਥੇ ਸਫਾਈ ਕਰਮਚਾਰੀਆਂ ਨੇ ਨਗਰ ਨਿਗਮ ਦੇ ਬਾਹਰ ਧਰਨਾ ਦੇ ਕੇ ਨਗਰ ਨਿਗਮ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਦੱਸ ਦਈਏ ਕਿ ਇਸ ਮੌਕੇ ਸਫਾਈ ਸੇਵਕਾਂ ਵੱਲੋਂ ਦਫ਼ਤਰ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਉਹਨਾਂ ਦੀ ਮੰਗ ਹੈ ਕਿ ਜਦੋਂ ਤੱਕ ਨਗਰ ਨਿਗਮ ਕਮਿਸ਼ਨਰ ਉਹਨਾਂ ਨੂੰ ਪੱਕਾ ਕਰਨ ਦਾ ਭਰੋਸਾ ਨਹੀਂ ਦਿੰਦੇ ਉਦੋਂ ਤੱਕ ਕਿਸੇ ਵੀ ਕਰਮਚਾਰੀ ਨੂੰ ਦਫ਼ਤਰ ਵਿੱਚ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਗੋਲਡੀ ਗੋਲਡਰਸ਼ਨ ਪਿਛਲੇ ਸਾਲ ਸਤੰਬਰ ਤੋਂ ਚਾਲੂ ਹੋਇਆ ਜੀ ਅਤੇ ਹੁਣ ਤੱਕ ਪ੍ਰੋਸੀਜਰ ਚੱਲਦਾ ਪਿਆ ਵਾ। ਇਹ ਦੇਖੋ ਜੀ ਸ਼ਾਮ ਤੱਕ ਸ਼ਾਇਦ ਚੱਲੇ ਜੀ। ਗੱਲਬਾਤ ਹੋਈ ਅਫਸਰ, ਸਾਡੀ ਅਥੋਰਟੀ ਇਹੋ ਹੈ ਜੀ, MLA ਸਾਹਿਬ ਨੂੰ ਬੇਨਤੀ ਆ ਮਾਨਯੋਗ ਨੂੰ ਵੀ ਸਾਡੀ ਜਿਹੜੀ ਕਿ ਨਹੀਂ ਆਵਾਜ਼ ਸੁਣੀ ਜਾਵੇ। ਕੀ ਨਾਮ? ਚਰਨਜੀਤ ਕੌਰ। ਕੀ ਕਾਰਨ ਹੈ ਜਿਹੜਾ ਅਸੀਂ ਧਰਨਾ ਇਸ ਕਾਰਨ ਲਾਇਆ ਵਾ ਕਿ ਮਤਲਬ ਸਾਨੂੰ ਕੱਚਿਆਂ ਤੋਂ ਪੱਕਿਆ ਕੀਤਾ ਜਾਵੇ, ਸਾਡੀ ਸੁਣਵਾਈ ਨਹੀਂ ਹੁੰਦੀ। 8 ਮਹੀਨੇ ਹੋ ਗਏ ਆ, ਲਾਰੇ ਲਾਈ ਜਾਂਦੇ ਅਜੇ ਵੀ ਅੱਜ ਕਰ ਦਿੰਦੇ ਕੱਲ੍ਹ ਕਰ ਦਿੰਦੇ, ਲਿਸਟ 'ਤੇ ਅਜੇ ਤਾਂ ਕੋਈ ਤਿਆਰੀ ਨਹੀਂ ਹੋਣ ਡਈ। ਸਾਡੀ ਮੰਗ ਨੂੰ ਤਾਂ 8 ਮਹੀਨੇ ਹੋ ਗਏ ਆ ਅਤੇ ਸਾਰਾ ਅਜੇ ਤੱਕ ਨਹੀਂ ਕੋਈ ਮੰਗ ਨਹੀਂ, ਸਾਡੀ ਸੁਣਵਾਈ ਕੋਈ ਨਹੀਂ ਹੋਈ। ਸਰ ਇਹ ਕਹਿ ਦਿੰਦੇ ਆਉਂਦੇ ਸੋਮਵਾਰ ਨੂੰ ਹੋ ਜਾਓ, ਆਉਂਦੇ ਸ਼ੁੱਕਰਵਾਰ ਨੂੰ ਹੋ ਜਾਓ, ਇਹ ਬਸ ਕਹਿੰਦੇ, ਹੋਰ ਤਾਂ ਕੁਛ ਨਹੀਂ ਕਹਿੰਦੇ। ਇੱਦਾਂ ਸੋਮਵਾਰ ਸ਼ੁੱਕਰਵਾਰ ਇੱਦਾਂ ਹੀ ਲਾਰੇ ਲਾਉਂਦੇ, ਹੱਲ ਕੋਈ ਨਹੀਂ ਹੁੰਦਾ ਸਰ। ਮੈਂ ਵਿੱਕੀ ਕਲਿਆਣ। ਦੇਖੋ ਜੀ, ਮਸਲਾ ਇਹ ਹੈ ਕਿ ਪੂਰੇ ਪੰਜਾਬ ਭਰ ਦੇ ਵਿੱਚ ਕੱਚੇ ਕਰਮਚਾਰੀਆਂ ਨੂੰ ਠੇਕੀ ਪ੍ਰਥਾ ਬੰਦ ਕਰਕੇ ਕੰਟਰੈਕਟ 'ਤੇ ਭਰਤੀ ਕਰ ਦਿੱਤਾ ਗਿਆ, ਔਰ ਨਗਰ ਨਿਗਮ ਬਟਾਲਾ ਵਾਰ ਵਾਰ ਬੰਦਿਆਂ ਨੂੰ ਮੰਗ ਪੱਤਰ ਦੇਣ ਤੋਂ ਬਾਵਜੂਦ, ਅਫਸਰਾਂ ਨੂੰ ਮਿਲਣ ਤੋਂ ਬਾਅਦ, ਮੈਡਮ ਕਮਿਸ਼ਨਰ ਜੀ ਨਾਲ ਮਿਲਣ ਤੋਂ ਬਾਅਦ, ਔਰ ਲਗਭਗ 8 ਮਹੀਨੇ ਤੋਂ ਬਾਅਦ ਕਿ ਇਹਨਾਂ ਕੋਲ ਲਿਸਟਾਂ ਲਈਆਂ ਗਈਆਂ, ਇਹਨਾਂ ਨੂੰ ਫਾਈਲਾਂ ਭਰੀਆਂ ਗਈਆਂ, ਇਹਨਾਂ ਦੀ ਇੰਟਰਵਿਊ ਹੋਈਆਂ, ਪਰ ਹੁਣ ਤੱਕ ਭਰਤੀ 'ਤੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ। ਜਦਕਿ ਲੰਬੇ ਸਮੇਂ ਤੋਂ SC ਸਮਾਜ ਦੇ ਕਰਮਚਾਰੀ ਹਮੇਸ਼ਾ ਇਹ ਕੰਮ ਕਰਦੇ ਆਏ ਆ, ਔਰ ਕੁਝ ਪ੍ਰਸ਼ਾਸਨ ਅਧਿਕਾਰੀ ਆ ਉਹ ਕਰਮਚਾਰੀਆਂ ਨੂੰ ਗੁੰਮਰਾਹ ਕਰਦੇ ਆ, ਕੁਛ ਉਹਨਾਂ ਨੂੰ ਮੈਸੇਜ ਦਿੰਦੇ ਆ ਕਿ ਜਿਹੜੇ ਓਵਰਏਜ ਬੰਦੇ ਆ ਉਹਨਾਂ ਨੂੰ ਕੱਢਿਆ ਜਾਏਗਾ, ਤੁਹਾਡੇ SC ਸਮਾਜ ਦੇ ਬੰਦੇ ਕੁਛ ਰੱਖੇ ਜਾਣਗੇ, ਦੂਸਰੀਆਂ ਕੈਟਾਗਰੀਆਂ ਜਨਰਲ OBC ਹੈਂਡੀਕੈਪ ਸਪੋਰਟਸ ਕੋਟੇ ਉਹ ਬੰਦੇ ਰੱਖੇ ਜਾਏਗਾ, ਔਰ ਤੁਹਾਡੇ ਸਮਾਜ 'ਚੋਂ ਜਿਹੜੀ ਘੱਟ ਭਰਤੀ ਹੋਏਗੀ। ਔਰ ਜਿਹੜੇ ਕਰਮਚਾਰੀ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਪਏ ਆ ਉਹਨਾਂ ਦੇ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ, ਜਿਹਦੇ ਕਰਕੇ ਨਗਰ ਨਿਗਮ ਪ੍ਰਸ਼ਾਸਨ ਦੇ ਅੱਗੇ ਵੀ ਧਰਨਾ ਲੱਗ ਚੁੱਕਾ, ਹੜਤਾਲਾਂ ਹੋ ਚੁੱਕੀਆਂ, ਪਰ ਅੱਜ ਜਿਹੜੀ ਹੜਤਾਲ ਨਹੀਂ ਹੈ, ਇੱਕ ਰੋਸ ਮੁਜ਼ਾਹਰਾ ਵਾ ਨਗਰ ਨਿਗਮ ਪ੍ਰਸ਼ਾਸਨ ਖਿਲਾਫ਼। ਜੀ, ਇਹ ਕਰਮਚਾਰੀਆਂ ਦੀ ਮਜਬੂਰੀ ਸੀ, ਕਰਮਚਾਰੀ ਸਾਰੇ ਇੱਥੇ ਇਕੱਠੇ ਹੋਏ ਸੀ, ਮੈਨੂੰ ਕਾਲ ਕੀਤੀ ਗਈ ਕਿਉਂਕਿ ਮੈਂ ਇਹਨਾਂ ਦਾ ਪ੍ਰਧਾਨ ਆ, ਮੈਨੂੰ ਇਹਨਾਂ ਨੇ ਕਿਹਾ ਕਿ ਪ੍ਰਧਾਨ ਜੀ ਦੇਖੋ ਵਾਰ ਵਾਰ ਆਪਾਂ ਰਿਕੁਐਸਟ ਲਈ ਅਫਸਰਾਂ ਨਾਲ ਆਪਣੇ ਮੈਂਬਰ ਸਾਹਿਬਾਨਾਂ ਨਾਲ ਗੱਲ ਕੀਤੀ ਆ, ਪਰ ਕੋਈ ਸਿੱਟਾ ਤਾਂ ਨਿਕਲਦਾ ਨਹੀਂ। ਜਦ ਤੱਕ ਅਸੀਂ ਆਪਣੇ ਕਰਮਚਾਰੀਆਂ ਨੂੰ ਇੱਥੇ ਇਕੱਠੇ ਕਰਕੇ ਇੱਕ ਸੰਘਰਸ਼ ਨਾ ਕਰਾਂਗੇ, ਇੱਕ ਨਾਅਰੇਬਾਜ਼ੀ ਨਾ ਕਰਾਂਗੇ, ਉਦੋਂ ਤੱਕ ਸਾਡੀ ਸੁਣਵਾਈ ਨਹੀਂ ਹੋਣੀ। ਜੀ, ਕਿਸੇ ਅਫਸਰ ਨੂੰ ਹੁਣ ਤੱਕ ਅੰਦਰ ਨਹੀਂ ਜਾਣ ਦਿੱਤਾ ਗਿਆ, ਹਾਲਾਂਕਿ 2 ਮਿੰਟ ਪਹਿਲੇ ਸਾਡੇ ਮੈਡਮ ਕਮਿਸ਼ਨਰ ਜੀ ਦਾ ਕਿਸੇ ਅਫਸਰ ਦਾ ਫੋਨ ਆਇਆ ਕਿ ਸਾਡੇ ਨਾਲ ਬੈਠ ਕੇ ਗੱਲ ਕਰ ਲਓ, ਔਰ ਆਪਾਂ ਉਹਨਾਂ ਨੇ ਵੀ ਇਹ ਜਵਾਬ ਦੇ ਦਿੱਤਾ ਕਿ ਅੱਜ ਤੁਸੀਂ ਕਹਿ ਰਹੇ ਬੈਠ ਕੇ ਗੱਲ ਕਰ ਲਓ, ਪਹਿਲੇ ਤੁਹਾਡੇ ਅਫਸਰ ਕਿੱਥੇ ਗਏ ਨੇ? ਕੋਈ ਨਾ। ਕੀ ਨਾਮ ਜੀ? ਕੀ ਨਾਮ? ਬਲਵਿੰਦਰ ਸਿੰਘ। ਬਲਵਿੰਦਰ ਜੀ, ਕੀ ਡਿਊਟੀ ਕਰਦੇ ਹੋ? ਮੈਂ ਬਤੌਰ ਇੰਸਪੈਕਟਰ ਹਾਂ ਕਾਰਪੋਰੇਸ਼ਨ ਬਟਾਲਾ। ਕੀ ਹੋਇਆ ਅੱਜ? ਰੂਟੀਨ ਦੇ ਵਿੱਚ ਹੀ ਆਪਾਂ ਆਏ ਹਾਂ ਸਵੇਰੇ ਦਫ਼ਤਰੀ ਟਾਈਮ ਮੁਤਾਬਕ ਹੀ, ਅਤੇ ਸਫਾਈ ਸੇਵਕਾਂ ਨੇ ਗੇਟ ਦੇ ਸਾਹਮਣੇ ਜਿਹੜਾ ਉਹ ਧਰਨਾ ਲਾਇਆ ਵਾ, ਅਤੇ ਉਹ ਅਸੀਂ ਸਾਰਾ ਸਟਾਫ ਹੀ ਜਿੰਨਾ ਤਕਰੀਬਨ ਬਾਹਰ ਇੱਥੇ ਬੈਠੇ ਹਾਂ, ਅੰਦਰ ਨਹੀਂ ਕਿਸੇ ਨੂੰ ਜਾਣ ਦਿੱਤਾ। ਕੀ ਕਹਿੰਦੇ, ਕਦੋਂ ਤੱਕ ਜਾਣ ਦਿੰਦੇ? ਪਤਾ ਨਹੀਂ ਹੁਣ ਕਦੋਂ ਤੱਕ ਜਾਣ ਦਿੰਦੇ ਨੇ, ਉਹਨਾਂ ਦੀ ਹੁਣ ਮਰਜ਼ੀ ਆ, ਉਹਨਾਂ ਨੇ ਹੜਤਾਲ ਕੀਤੀ ਆ, ਜਦੋਂ ਖੋਲ੍ਹਣਗੇ ਆਪਾਂ ਅੰਦਰ ਜਾ ਕੇ ਕੰਮ ਸ਼ੁਰੂ ਕਰ ਦਿਆਂਗੇ ਆਪਾਂ।